ਬੇਅਦਬੀਆਂ ਦੇ ਮਾਮਲਿਆਂ ਨੂੰ ਲੈ ਕੇ ਸਮੇਂ-ਸਮੇਂ ਤੇ ਸਿੱਟਾਂ ਬਣੀਆਂ। ਅਕਾਲੀ ਦਲ ਜਿਹੜਾ ਦੋ ਫਾੜ ਜਿਹੜਾ ਲਗਾਤਾਰ ਨਜ਼ਰ ਆ ਰਿਹਾ। ਸੁਖਬੀਰ ਸਿੰਘ ਬਾਦਲ ਨੂੰ ਜਿਹੜੇ ਸੰਮਨ ਭੇਜੇ ਆ ਉਹਦੇ ਕਰਕੇ ਚਰਚਾ ਜ਼ਿਆਦਾ ਹੋ ਗਈ। ਅਕਾਲੀਆਂ ਦੇ ਧੜੇਬੰਦੀ ਵਾਲੇ ਦੇ ਕੋਲ ਇੱਕ ਧੜਾ ਕਹਿੰਦਾ ਸਾਡੇ ਕਸੂਰ ਨੇ, ਇੱਕ ਧੜਾ ਕਹਿੰਦਾ ਸਾਡੇ ਅਸੀਂ ਮਾਫੀਆਂ ਮੰਗ ਲਈਆਂ। ਗੁਰੂ ਗ੍ਰੰਥ ਸਾਹਿਬ ਦੇ ਕੇਸ ਬੇਅਦਬੀ ਕੇਸ ਨੇ ਤੇ ਬੇਅਦਬੀ ਕੇਸ ਦੇ ਵਿੱਚ ਲੀਗਲੀ ਖੜੋਤ ਆ ਚੁੱਕੀ। ਇਹ ਕੇਸ ਟਰੇਸ ਕੀਤੇ ਨੇ, ਟਰੇਸ ਕਰਨ ਦੇ ਦਰਮਿਆਨ, ਇਨਵੈਸਟੀਗੇਟ ਕਰਨ ਦੇ ਦਰਮਿਆਨ ਬੜਾ ਕੁਛ ਆਇਆ ਸਾਹਮਣੇ ਆਇਆ ਜਿਹੜਾ ਅਸੀਂ ਦੇਖਿਆ। ਕੀ ਉਮੀਦ ਹੈ ਆਪਾਂ ਨੂੰ ਇਨਸਾਫ਼ ਮਿਲੂ? ਸੈਕੰਡ ਕੇਸਿਸ ਦੇ ਵਿੱਚ ਸਜ਼ਾ ਹੀ 3 ਸਾਲ ਤੋਂ 3 ਸਾਲ ਸਜ਼ਾ ਹੋ ਗਈ ਇੱਕ ਕੇਸ, ਬਾਕੀਆਂ ਦੇ ਵਿੱਚ ਸਿਮਿਲਰ ਕੇਸਿਸ ਨੇ ਪਰ ਉਹਨਾਂ ਦੇ ਵਿੱਚ ਖੜੋਤ ਆ ਗਈ। ਉਹ ਤਾਂ ਕਿਉਂ ਦਾ ਬਾਕੀ ਭੱਜੇ ਹੋਏ ਨੇ ਭਗੌੜੇ ਨੇ ਕੁਛ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਬੋਲਦਾ ਪੰਜਾਬ 'ਚ ਤੁਹਾਡਾ ਸਵਾਗਤ ਹੈ। ਪੰਜਾਬ ਦੇ ਵਿੱਚ ਪਿਛਲੇ ਸਮੇਂ ਦੌਰਾਨ ਹੋਈਆਂ ਬੇਅਦਬੀਆਂ ਦੇ ਮਾਮਲਿਆਂ ਨੂੰ ਲੈ ਕੇ ਸਮੇਂ-ਸਮੇਂ 'ਤੇ ਸਿੱਟਾਂ ਬਣੀਆਂ। ਇੱਕ ਸਿੱਟ ਦੇ ਸਾਬਕਾ ਮੁਖੀ ਅਤੇ ਪੰਜਾਬ ਦੇ ਸਾਬਕਾ ਪੁਲਿਸ ਅਧਿਕਾਰੀ ਚਰਚਿਤ ਚਿਹਰੇ ਰਣਵੀਰ ਸਿੰਘ ਖੱਟੜਾ, ਜਿਨ੍ਹਾਂ ਨੇ ਪਿਛਲੇ ਦਿਨੀ ਜਥੇਦਾਰ ਸਿੰਘ ਸਹਿਬਾਨ ਨਾਲ ਮੀਟਿੰਗ ਕੀਤੀ, ਮੁਲਾਕਾਤ ਕੀਤੀ। ਸੋ ਇਸ ਮੁਲਾਕਾਤ ਦੇ ਕਾਫੀ ਮਹੀਨੇ ਕੱਢੇ ਜਾ ਰਹੇ ਨੇ, ਇਸ ਮੁਲਾਕਾਤ ਨੂੰ ਲੈ ਕੇ ਕਾਫੀ ਚਰਚਾਵਾਂ ਤੇਜ਼ ਹੋ ਗਈਆਂ ਨੇ। ਸੋ ਇਸ 'ਤੇ ਸਾਰੀ ਗੱਲਬਾਤ ਕਰਾਂਗੇ। ਗੱਲਬਾਤ ਕਰਨ ਲਈ ਮੇਰੇ ਨਾਲ ਮੇਰੇ ਸਹਿਯੋਗੀ ਅਮਰਜੀਤ ਸਿੰਘ ਮੇਰੇ ਨਾਲ ਨੇ। ਅਮਰਜੀਤ ਸਿੰਘ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਅਮਰਜੀਤ ਸਿੰਘ, ਮਹੀਨੇ ਕੀ ਕੱਢੇ ਜਾ ਰਹੇ ਨੇ, ਕਹਿੰਦੇ ਵੀ ਜਿਹੜੀ ਇਹ ਮੁਲਾਕਾਤ ਹੋਈ ਹੈ ਰਣਵੀਰ ਸਿੰਘ ਖੱਟੜਾ ਨੇ ਮੁਲਾਕਾਤ ਕੀਤੀ ਹੈ, ਵੈਸੇ ਚਰਚਿਤ ਚਿਹਰਾ ਉਹ ਲੰਬੇ ਸਮੇਂ ਤੋਂ ਆਪਾਂ ਦੇਖ ਰਹੇ ਹਾਂ, ਅਤੇ ਖਾਸ ਕਰਕੇ ਜਦੋਂ ਸਿੱਟ ਦੇ ਮੁਖੀ ਬਣੇ ਅਤੇ ਉਦੋਂ ਤਾਂ ਚਰਚਾ ਉਹਨਾਂ ਦੀ ਹੋਰ ਵੀ ਤੇਜ਼ ਹੋ ਗਈ, ਫਿਰ ਉਸ ਤੋਂ ਬਾਅਦ ਉਹਨੂੰ ਹਟਾਇਆ ਗਿਆ, ਫਿਰ ਵੀ ਚਰਚਾ ਕਾਫੀ ਹੋਈ ਵੀ ਕਿਉਂ ਹਟਾਇਆ ਗਿਆ। ਸੋ ਹੁਣ ਜਿਹੜੀ ਨਵੀਂ ਮੁਲਾਕਾਤ ਹੋਈ ਹੈ ਜਿਹੜੀ ਤਾਜ਼ੀ, ਇਸ ਦੇ ਮਾਇਨੇ ਕੀ ਕੱਢੇ ਯਾਰ? ਬਿਲਕੁਲ ਰੁਪਾਣਾ ਜੀ, ਤੁਸੀਂ ਜਿਸ ਤਰ੍ਹਾਂ ਗੱਲ ਕਰ ਰਹੇ ਹੋ ਵੀ ਖੱਟੜਾ ਦੇ ਮਾਇਨੇ ਕੀ ਨੇ, ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਹੋਈ ਹੈ, ਮੁਲਾਕਾਤ ਦੇ ਮਾਇਨੇ ਬਹੁਤ ਨੇ। ਕਿਉਂਕਿ ਜੇਕਰ ਅੱਜ ਦੇ ਦੌਰ ਦੀ ਗੱਲ ਕੀਤੀ ਜਾਵੇ, ਕਿਉਂਕਿ ਅੱਜ ਦਾ ਜਿਹੜਾ ਦੌਰ ਚੱਲ ਰਿਹਾ ਹੁਣ ਦੇ ਲੇਟੈਸਟ ਦੀ ਗੱਲ ਕੀਤੀ ਜਾਵੇ, ਕਿਉਂਕਿ ਅਕਾਲੀ ਦਲ ਜਿਹੜਾ ਦੋ ਫਾੜ ਜਿਹੜਾ ਲਗਾਤਾਰ ਨਜ਼ਰ ਆ ਰਿਹਾ, ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਜੇਕਰ ਗੱਲ ਕੀਤੀ ਜਾਵੇ ਜਿਹੜੀਆਂ ਬੇਅਦਬੀਆਂ ਨੇ, ਸੁਖਬੀਰ ਸਿੰਘ ਬਾਦਲ ਨੂੰ ਜਿਹੜੇ ਸੰਮਨ ਭੇਜੇ ਆ ਉਹਦੇ ਕਰਕੇ ਚਰਚਾ ਜ਼ਿਆਦਾ ਹੋ ਗਈ, ਕਿਉਂਕਿ 15 ਦਿਨ ਦਾ ਸਮਾਂ ਅਜੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੇ ਜਵਾਬ ਦੇਣਾ, ਔਰ ਜਵਾਬ ਦੇਣ ਤੋਂ ਪਹਿਲਾਂ ਜਿਹੜੀ ਇਹ ਮੁਲਾਕਾਤ ਹੋਣੀ ਆ ਇਹ ਆਪਣੇ ਆਪ ਦੇ ਵਿੱਚ ਬਿਲਕੁਲ ਬਿਲਕੁਲ ਰੁਪਾਣ ਜੀ ਬੜੇ ਮਾਇਨੇ ਨੇ। ਮੈਂ ਤੁਹਾਨੂੰ ਪਹਿਲਾਂ ਹੀ ਜ਼ਿਕਰ ਕਰ ਰਿਹਾ ਵੀ ਇਹਦੇ ਮਾਇਨੇ ਬਹੁਤ ਜਿਹੜੇ ਨੇ ਇੱਕ ਵੱਖਰੇ ਢੰਗ ਨਾਲ ਦੇਖੇ ਜਾ ਰਹੇ ਨੇ, ਕਿਉਂਕਿ ਜਿਹੜੇ ਅਧਿਕਾਰੀ ਸਭਾ ਨੇ, ਪੁਲਿਸ ਅਧਿਕਾਰੀ ਸਭਾ ਨੇ, ਉਹ ਲੰਬੇ ਸਮੇਂ ਤੋਂ ਜਿਹੜੀ ਉਹ ਜਾਂਚ ਕਰ ਰਹੇ ਨੇ, ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਗੱਲਬਾਤ ਕਰ ਲਈਏ ਅਗਰ ਹੋ ਸਕੇ ਉਹਨਾਂ ਨਾਲ ਤਾਂ ਬਿਲਕੁਲ ਬਿਲਕੁਲ ਜ਼ਰੂਰੀ ਹੈ, ਪਹਿਲਾਂ ਆਪਾਂ ਗੱਲਬਾਤ ਕਰਦਾ ਫਿਰ ਆਪਾਂ ਜਿਹੜੀ ਪੂਰੀ ਚਰਚਾ ਕਰਾਂਗੇ ਇਸ 'ਤੇ। ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਸਾਬਕਾ IG ਸਰਦਾਰ ਰਣਵੀਰ ਸਿੰਘ ਖੱਟੜਾ। ਖੱਟੜਾ ਸਾਹਿਬ, ਤੁਹਾਡਾ ਚੜ੍ਹਦੇ ਕਲਾ ਟਾਈਮ TV 'ਤੇ ਸਵਾਗਤ ਹੈ ਜੀ। ਜਥੇਦਾਰ ਗ੍ਰੰਥ ਦੀਆਂ ਕਸਟੋਡੀਅਨਸ ਸਮਝੇ ਜਾਂਦੇ ਆ ਸਿੱਖਾਂ 'ਚ, ਮੈਂ ਅਸੀਂ ਸਮਝਦੇ ਹਾਂ ਜੀ ਜੀ। ਤੇ ਹੁਣ ਪਿਛਲੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਬੇਅਦਬੀਆਂ ਦੇ ਕੇਸ ਬੜੇ ਹੋਏ ਨੇ, ਪਰ ਜਿਹੜੇ ਸਪੈਸਿਫਿਕ 2015 'ਚ ਗੁਰੂ ਗ੍ਰੰਥ ਸਾਹਿਬ ਦਾ ਗੁਰਦੁਆਰਾ ਸਿੰਘ ਵਾਲੇ ਤੋਂ ਚੋਰੀ ਹੋਣਾ, ਬਰਗਾੜੀ ਦੇ ਵਿੱਚ ਪੋਸਟਰ ਲੱਗਣੇ ਔਰ ਬਰਗਾੜੀ ਦੀਆਂ ਗਲੀਆਂ 'ਚ ਅੰਗ ਖੰਡਾਉਣੇ, ਉਸ ਦੇ ਨਾਲ ਲੱਗਦਾ ਨੇੜੇ ਪਿੰਡ ਮੱਲ ਕੇ ਉੱਥੇ ਉਹਨਾਂ ਦਿਨਾਂ 'ਚ ਹੀ ਅੰਗ ਖਿੰਡਣੇ, ਫਿਰ ਇੱਕ ਹੋਰ ਬੀੜ ਦੇ ਅੰਗ ਗੁਰੂਸਰ ਭਗਤ ਤੇ ਜਿਹੜਾ ਕਿ ਫਿਰ ਵਿਸਿਨਿਟੀ ਨੇੜੇ ਹੀ ਹੈ ਬਰਗਾੜੀ 'ਚ, ਉੱਥੇ ਖਿੰਡਣੇ। ਇਹ ਜਿਹੜੀਆਂ ਅਸੀਂ ਘਟਨਾਵਾਂ
ਅਕਤੂਬਰ ਮਹੀਨੇ 2015 ਦੀਆਂ ਨੇ, ਜਿਨ੍ਹਾਂ ਨੂੰ ਅਸੀਂ ਮੇਨ ਮੰਨਦੇ ਹਾਂ, ਇਹਦੀਆਂ ਮਿੱਥ ਕੇ ਕੀਤੀਆਂ ਹੋਈਆਂ ਤੇ ਪ੍ਰੇਮੀਆਂ ਵੱਲੋਂ ਕੀਤੀਆਂ ਹੋਈਆਂ ਜੀ ਜੀ। ਤੋ ਇਹਨਾਂ ਦੇ ਪਿਛਲੇ ਸਮੇਂ ਚ ਮੇਰੀ ਸਿੱਟ ਨੇ ਤੇ ਅਸੀਂ ਰਲ ਕੇ ਇਹ ਸਾਰੇ ਕੇਸਿਸ ਟਰੇਸ ਕੀਤੇ, ਟਰੇਸ ਕਰਕੇ ਇਹਨਾਂ ਚ 25 ਬੰਦੇ ਅਰੈਸਟ ਕੀਤੇ। ਅਰੈਸਟ ਕਰਨ ਤੋਂ ਬਾਅਦ ਉਹਨਾਂ ਦੇ ਕੋਰਟ ਕਚਹਿਰੀਆਂ ਕੇਸ ਚੱਲੇ, ਇੱਕ ਕੇਸ ਮਲਕੇ ਦੇ ਵਿੱਚ ਸਜ਼ਾ ਵੀ ਹੋ ਗਈ ਜੀ। ਬਟ ਅਨਫੋਰਚੂਨੇਟਲੀ ਬਾਕੀ ਜਿਹੜੇ ਕੇਸਿਸ ਨੇ ਜਿਹੜੇ CBI ਨੂੰ ਗਏ ਸੀ ਉੱਥੋਂ ਵਾਪਸ ਆਏ ਤੇ ਉਹਨਾਂ ਦੇ ਵਿੱਚ ਅਸੀਂ ਚਲਾਨ ਦਿੱਤੇ ਹੋਏ ਸੀ। ਉਹ ਕੇਸਿਸ ਦੇ ਵਿੱਚ ਖੜੋਤ ਹੈ ਜੀ ਲੀਗਲੀ। ਦੇਖੋ ਹੁਣ 2 ਸਾਲ ਹੋ ਗਏ, 295 ਪਰ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਸਾਡੇ ਵੱਲੋਂ ਸਿੱਖਾਂ ਵੱਲੋਂ ਤਾਂ ਸਾਡੇ ਪੰਥ ਦੇ ਗ੍ਰੰਥ ਦੇ ਕਸਟੋਡੀਅਨ ਨੇ ਜੀ, ਤੇ ਇਹ ਕੇਸ 2 ਸਾਲ ਦਾ ਪ੍ਰੋਸੀਕਿਊਸ਼ਨ ਪਿਆ, ਕਦੇ ਕਿਸੇ ਨੇ ਕੁਛ ਉੱਥੇ ਚੁੱਪ ਹੈ। ਫਿਰ 3-4 ਮਹੀਨੇ ਪਹਿਲਾਂ 11 ਮਾਰਚ ਨੂੰ ਗੁਰਮੀਤ ਰਾਮ ਰਹੀਮ ਦੀ ਪਟੀਸ਼ਨ ਦੇ ਉੱਤੇ ਸਾਰੇ ਕੇਸਾਂ ਦੀ ਸਟੇਅ ਲੱਗ ਗਈ। ਉਹ ਸਟੇਅ ਦਾ ਸਮਾਂ ਪਾਰ ਹੋ ਗਿਆ, 3 ਮਹੀਨੇ ਲੰਘ ਗਏ, 4th-5th ਮਹੀਨਾ ਚੱਲਦਾ, ਉਹ ਫਾਈਨਲ ਹੋ ਗਈ ਹੈ। ਇਹਦਾ ਮਤਲਬ ਉਹ ਵੀ 5-7 ਸਾਲ ਰੈਗੂਲਰ ਕਿਤੇ ਨਿਕਲੂਗਾ ਕੇਸ, ਬਿਲਕੁਲ। ਤੇ ਫਿਰ ਤੀਜਾ ਇੱਕ ਕੇਸ ਹੈ ਗੁਰੂ ਸਰਭਗਤ ਤੇ ਟਰੇਸ ਕੀਤਾ ਸੀ ਜੀ, ਉੱਥੇ ਉਹ ਇੱਕ ਗਵਾਹੀ ਹੋਈ ਆ 2020 ਚ, ਉਸ ਤੋਂ ਬਾਅਦ ਕੋਈ ਕੇਸ ਤੱਕ ਅਗਲੇ ਫਾਈਲ ਹੀ ਨਹੀਂ ਕਿਸੇ ਨੇ, ਕੋਈ ਤਰੀਕੇ ਨਹੀਂ, ਕੋਈ ਚੱਕੇ ਹੀ ਨਹੀਂ ਕਿਸੇ ਨੇ, ਕੋਈ ਗਿਆ ਹੀ ਨਹੀਂ ਹੈ ਜੀ ਜੀ। ਤੋ ਮੈਂ ਤਾਂ ਇਹ ਚੀਜ਼ਾਂ ਉਹਨਾਂ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਧਿਆਨ 'ਚ ਲਿਆਉਂਦੀਆਂ ਸੀ, ਅਤੇ ਇਸ ਤੋਂ ਬਿਨਾਂ ਹੋਰ ਵੀ ਪਿਛਲੇ ਸਮੇਂ ਦੀਆਂ ਜਿਹੜੇ ਵੀ ਸਾਡੀ ਤਫਤੀਸ਼ ਦੇ ਦਰਮਿਆਨ ਕਈ ਆਈਆਂ, ਉਹ ਸਾਰੀਆਂ ਚੀਜ਼ਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਧਿਆਨ 'ਚ ਲਿਆਉਂਦੀ ਜੀ ਜੀ। ਖੱਟਲਾ ਸਾਹਿਬ, ਇਹਨੂੰ ਜੋੜ ਕੇ ਦੇਖਿਆ ਜਾ ਰਿਹਾ ਕਿ ਅਕਾਲ ਤਖਤ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਨੂੰ ਸੰਮਨ ਭੇਜ ਕੇ ਤਲਬ ਕੀਤਾ ਕਿ ਤੁਸੀਂ ਜਵਾਬ ਦਿਓ, ਤਾਂ ਤੁਹਾਡੀ ਜਿਹੜੀ ਮੁਲਾਕਾਤ ਆ ਕੀ ਉਸੇ ਸੰਦਰਭ ਚ ਮੰਨੀ ਜਾ ਰਹੀ ਹੈ, ਇੱਕ ਚਰਚਾ ਹੈ ਕਿ ਖੱਟਾ ਸਾਹਿਬ ਦਾ ਮਿਲਣਾ? ਮੇਰਾ ਮਿਲਣਾ ਤਾਂ ਬੜਾ ਮੈਂ ਕਲੀਅਰ ਕਰਦਾ ਜੀ। ਦੇਖੋ ਇਹ ਅਕਾਲੀਆਂ ਦੇ ਧੜੇ ਬੰਦੀ ਵਾਲੇ, ਦੇਖੋ ਇੱਕ ਧੜਾ ਕਹਿੰਦਾ ਸਾਡੇ ਕਸੂਰ ਨੇ, ਇੱਕ ਧੜਾ ਕਹਿੰਦਾ ਸਾਡੇ ਅਸੀਂ ਮਾਫੀਆਂ ਮੰਗ ਲਈਆਂ ਜੀ, ਉਹ ਇੱਕ ਚੀਜ਼ ਹੈ। ਮੇਰਾ ਬੇਸਿਕਲੀ ਸੈਂਸ, ਅਸੀਂ ਇਹ ਕੇਸ ਟਰੇਸ ਕੀਤੇ ਨੇ, ਟਰੇਸ ਕਰਨ ਦੇ ਦਰਮਿਆਨ, ਇਨਵੈਸਟੀਗੇਟ ਕਰਨ ਦੇ ਦਰਮਿਆਨ ਬੜਾ ਕੁਛ ਆਇਆ ਸਾਹਮਣੇ, ਆਇਆ ਜਿਹੜਾ ਅਸੀਂ ਰੱਖਿਆ, ਠੀਕ ਹੈ। ਤੇ ਉਹ ਕੇਸਿਸ ਦੀ ਅੱਜ ਦੀ ਤਰੀਕ 'ਚ ਕਿੱਥੇ ਖੜੇ ਨੇ, ਉਹਨਾਂ 'ਚ ਲੀਗਲ ਕਿਉਂ ਖੜੇ ਨੇ, ਤੇ ਉਸ ਲੀਗਲ ਦੇ ਵਿੱਚ SGPC ਦਾ ਕੀ ਰੋਲ ਰਿਹਾ, ਲੂਕਾ ਦਾ ਕੀ ਰੋਲ ਰਿਹਾ, ਤੇ ਕੁਛ ਇਹਨਾਂ ਨੇ ਉਸ ਚੀਜ਼ਾਂ ਨੂੰ ਅਸੀਂ ਮਤਲਬ ਮੈਂ ਤਾਂ ਸਿੰਘ ਸਾਹਿਬ ਦੇ ਧਿਆਨ 'ਚ ਲਿਆਉਂਦਾ, ਅਤੇ ਉਸ ਦੇ ਦਰਮਿਆਨ ਕਈ ਮਾਫ਼ੀ ਦੇ ਮਤਲਬ ਵੀ ਕਈ ਗੱਲਾਂ ਸੀ ਜਿਹੜੀਆਂ ਉਹ ਅੱਡ ਚੀਜ਼ਾਂ ਨੇ। ਪਰ ਮੇਰਾ ਬੇਸਿਕਲੀ ਜ਼ਿਆਦਾ ਤਾਂ ਮੇਰਾ ਤਾਂ ਇਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਕੇਸ ਬੇਅਦਬੀ ਕੇਸਿਸ ਨੇ, ਅਤੇ ਬੇਅਦਬੀ ਕੇਸਿਸ ਦੇ ਵਿੱਚ ਲੀਗਲੀ ਖੜੋਤ ਆ ਚੁੱਕੀ ਹੈ ਜੀ ਜੀ ਜੀ। ਖੱਟਰ ਸਾਹਿਬ, ਇੱਕ ਆਖਰੀ ਸਵਾਲ, ਕੀ ਉਮੀਦ ਹੈ ਆਪਾਂ ਨੂੰ ਇਨਸਾਫ ਮਿਲੂ ਸਿੱਖ ਕੌਮ ਨੂੰ? ਦੇਖੋ ਉਮੀਦ ਤਾਂ ਤੇ ਦੁਨੀਆਂ ਬੈਠੀ ਹੈ, ਮੇਰਾ ਤਾਂ ਦੇਖੋ ਅੱਜ ਤੋਂ 3 ਸਾਲ ਪਹਿਲਾਂ ਵੀ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਗਿਆ ਸੀ, ਠੀਕ ਹੈ ਜੀ, ਜੋ ਕੁਛ ਮੇਰੇ ਉਸ ਟਾਈਮ ਦੇ ਉੱਤੇ ਸੀ, ਉਸ ਟਾਈਮ ਇਹਨਾਂ ਨੂੰ ਕਲੀਨ ਚਿੱਟਾਂ ਦੇ ਰਹੇ ਜਾਂਦੇ ਸੀ, ਮੈਂ ਜਿੰਨਾ ਕੁ ਹੋ ਸਕਿਆ ਗੁਰੂ ਘਰ ਦਾ ਕੂਕਰ ਆਉਣ ਦੇ ਨਾਲ ਮੈਂ ਰੌਲਾ ਪਾਇਆ ਜੀ, ਮੇਰੇ ਰੌਲੇ ਨਾਲ ਚਲੋ ਕੁਛ ਗੱਲਾਂ ਸਾਫ਼ ਹੋਈਆਂ। ਹੁਣ 3 ਸਾਲ ਬਾਅਦ ਫਿਰ ਜਦ ਮੈਂ ਦੇਖਿਆ ਸਾਰਾ ਕੁਛ ਖੜੋਤ ਆਈ ਪਈ ਹੈ, ਤਾਂ ਮੈਂ ਜਾ ਕੇ ਉਹਦੇ 'ਤੇ ਕਿੱਦਾਂ ਸ੍ਰੀ ਅਕਾਲ ਸਾਹਿਬ ਦੇ ਧਿਆਨ 'ਚ ਲਿਆਉਂਦੀਆਂ ਨੇ ਗੱਲਾਂ, ਠੀਕ ਹੈ ਜੀ, ਉਹ ਰੈਲੀਵੈਂਟ ਨੇ, ਉਹ ਸਾਰੀਆਂ ਚੀਜ਼ਾਂ 'ਚ ਰੈਲੀਵੈਂਟ ਹੋਣਗੀਆਂ,
ਠੀਕ ਹੈ, ਤੇ ਉਹਦੇ ਵਿੱਚ ਮੈਂ ਆਸ ਕਰਦਾ ਵੀ ਇਸ ਦੇ ਨਾਲ ਚਲੋ ਠੀਕ ਹੈ, ਕਈ ਵਾਰੀ ਸਾਨੂੰ ਪਰਸਨਲ ਪ੍ਰਾਈਸ ਪੇ ਕਰਨੇ ਪੈਂਦੇ ਨੇ ਸੱਚ ਬੋਲਣ ਦੇ। ਐਕਚੁਲੀ ਜਿਹੜੀ ਨਿਆ ਦੇਖੋ, ਇੱਕ ਕੇਸ ਦਾ ਨਿਆ ਦੇਤਾ, ਮੰਨ ਕੇ ਇਹਦੇ ਵਿੱਚ ਸਜ਼ਾ ਹੋਗੀ, ਜੀ ਜੀ ਬਿਲਕੁਲ, ਤਿੰਨ ਕੇਸਿਸ ਨੇ ਉਹ ਪੈਂਡਿੰਗ ਨੇ, ਉਹਨੂੰ ਅਲੱਗ ਗੱਲ ਹੈ ਕਿ ਸ਼ਾਰਟ ਕਮਿੰਗ ਹੈ ਕਿ ਇਹਨਾਂ ਗੁਰੂ ਗ੍ਰੰਥ ਸਾਹਿਬ ਦੇ ਕੇਸਿਸ ਜਾਂ ਐਲੀਗੇਸ਼ਨ ਸੈਕੰਡ ਕੇਸਿਸ ਦੇ ਵਿੱਚ ਸਜ਼ਾ ਹੀ 3 ਸਾਲ ਹੈ, ਤਾਂ 3 ਸਾਲ ਸਜ਼ਾ ਹੋ ਗਈ। ਇੱਕ ਕੇਸ ਬਾਕੀਆਂ ਦੇ ਵਿੱਚ ਸਿਮਿਲਰ ਕੇਸਿਸ ਨੇ ਪਰ ਉਹਨਾਂ ਦੇ ਵਿੱਚ ਖੜੋਤ ਆ ਗਈ। ਜੀ ਜੀ ਖੱਟਰ ਸਾਹਿਬ, ਜਿਹੜੇ ਮੁੱਖ ਦੋਸ਼ੀ ਸੀਗਾ ਉਹ ਮਰ ਚੁੱਕਿਆ ਤੇ ਹੁਣ ਅੱਗੇ ਕੇਸ ਕਿਵੇਂ ਵਧੇ? ਨਹੀਂ ਬਾਕੀ ਤਾਂ ਇੰਨੇ ਨੇ, ਉਹ ਇੱਕ ਉਹ 25 'ਚੋਂ ਇੱਕ ਸੀ, 10 ਦੇ ਵਿੱਚੋਂ ਇੱਕ ਸੀ ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਚੋਰੀ ਕੀਤਾ, ਬਾਕੀ 9 ਤਾਂ ਜਿਉਂਦੇ ਨੇ, ਉਹਨਾਂ ਦੇ ਬਾਕੀ ਤਾਂ ਫੇਸ ਕਰ ਰਹੇ ਨੇ ਜਿਹਨਾਂ ਲੋਕਾਂ ਨੇ ਸਾਜਿਸ਼ ਰਚੀ ਹੈ ਉਹਨਾਂ ਦੇ ਵਿੱਚੋਂ। ਪਿੱਛੇ 6 ਮਹੀਨੇ ਪਹਿਲਾਂ ਪ੍ਰਦੀਪ ਕਲੇਰ ਫੜਿਆ ਗਿਆ ਸੀ, ਉਹਨਾਂ ਉਹ ਤਾਂ ਚਾਹੁੰਦਾ, ਬਾਕੀ ਭੱਜੇ ਹੋਏ ਨੇ, ਭਗੌੜੇ ਨੇ, ਕੁਛ ਹੈਗੀ, ਉਹ ਤਾਂ ਚੀਜ਼ਾਂ ਹੈਗੀਆਂ, ਉਹ ਤਾਂ ਇਹ ਕੇਸ ਤਾਂ ਨਹੀਂ ਖਤਮ ਹੋਇਆ। ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਬੇਅਦਬੀਆਂ ਹੋਈਆਂ ਨੇ, ਜਿਨ੍ਹਾਂ ਨੂੰ ਖਾਸ ਤੌਰ ਤੇ ਮੁਖੀ ਲਗਾ ਕੇ ਸਿੱਟ ਦਾ, ਉਹਨਾਂ ਨੇ ਪੂਰੀ ਜਾਂਚ ਕੀਤੀ ਹੈ, ਬੇਸ਼ੱਕ ਜਾਂਚ ਨੂੰ ਬੜਾ ਲੰਬਾ ਸਮਾਂ ਹੋ ਗਿਆ, ਅਜੇ ਤੱਕ ਜਿਹੜਾ ਇਨਸਾਫ਼ ਨਹੀਂ ਮਿਲਿਆ। ਉਹਦੇ ਵਿੱਚੋਂ ਜਿਹੜਾ ਇੱਕ ਦੋਸ਼ੀ ਸੀ ਉਹਦੀ ਮੌਤ ਵੀ ਹੋ ਚੁੱਕੀ ਹੈ, ਉਹ ਨਾਭਾ ਜੇਲ੍ਹ ਦੇ ਵਿੱਚ ਸੀ। ਤਾਂ ਜੇਕਰ ਉਹਨਾਂ ਨੇ ਗੱਲ ਕੀਤੀ ਹੈ, ਕਹਿੰਦੇ ਜਥੇਦਾਰ ਦੇ ਮਿਲਣ ਦੇ ਮਾਇਨੇ ਕੀ ਨੇ, ਉਹ ਜਥੇਦਾਰ ਸਾਹਿਬ ਨਾਲ ਮਿਲੇ, ਇਸ 'ਤੇ ਜਿਹੜੀ ਪੂਰੀ ਚਰਚਾ ਹੋਈ ਹੈ, ਕਿਉਂਕਿ ਇਸ ਸੰਦਰਭ ਦੇ ਵਿੱਚ ਚਰਚਾ ਹੋਈ ਹੈ, ਕਿਉਂਕਿ ਜਿਹੜਾ ਅੱਜ ਦੌਰ ਚੱਲ ਰਿਹਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਬਾਗੀ ਧੜੇ ਨੇ ਉਹ ਲਗਾਤਾਰ ਜਿਹੜਾ ਇਸ ਨੂੰ ਲੈ ਕੇ ਕਹਿ ਰਹੇ ਨੇ ਵੀ ਹਾਂ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਬੇਅਦਬੀਆਂ ਹੋਈਆਂ ਨੇ, ਸਾਨੂੰ ਜਿਹੜਾ ਲੋਕਾਂ ਨੇ ਨਕਾਰਤਾ ਵੀ ਸਾਨੂੰ ਲੋਕਾਂ ਨੇ ਵੜਨ ਨਹੀਂ ਦਿੱਤਾ, ਇਹ ਬਾਗੀ ਕਹਿ ਰਹੇ ਨੇ। ਤਾਂ ਇਸ ਕਰਕੇ ਜਿਹੜਾ ਅਕਾਲ ਤਖ਼ਤ ਦੇ ਜਥੇਦਾਰ ਨੇ ਜਿਹੜੀ ਮੁਲਾਕਾਤ ਕੀਤੀ ਹੈ, ਉਹਨਾਂ ਨੇ ਕਿਹਾ ਵੀ ਜਿਹੜੀ ਪਿਛਲੇ ਸਮੇਂ ਦੇ ਉਹਦੇ ਨਾਲ ਬੇਅਦਬੀਆਂ ਹੋਈਆਂ ਨੇ, ਵੀ ਇਨਸਾਫ਼ ਕਿਉਂ ਨਹੀਂ ਮਿਲਿਆ, ਵੀ ਕਾਰਨ ਕੀ ਸੀ, ਵਜ੍ਹਾ ਕੀ ਸੀ, ਵੀ ਇੰਨੀ ਲੰਬੀ ਜਿਹੜੀ ਹੈ। ਦੇਖੋ ਗੱਲ ਇਹ ਹੈ ਅਮਰਜੀਤ, ਵੀ ਜਿਹੜੇ ਰਣਵੀਰ ਸਿੰਘ ਖੱਟੜਾ ਜੀ, ਰਣਵੀਰ ਸਿੰਘ ਖੱਟੜਾ ਇੱਕ ਜਾਂਚ ਅਧਿਕਾਰੀ ਰਹੇ ਆ, ਬਿਲਕੁਲ, ਤੇ ਉਹਨਾਂ ਨੇ ਇਸ ਕੇਸ ਦੀ ਜਾਂਚ ਕੀਤੀ ਹੈ, ਬਿਲਕੁਲ, ਸਿੱਟ ਦੇ ਮੁਖੀ ਰਹੇ ਨੇ, ਪਰ ਜਦੋਂ ਉਹਨਾਂ ਦੀ ਜਾਂਚ ਪੂਰੀ ਹੋਈ ਤਾਂ ਉਹਨਾਂ ਦੀ ਇੱਕ ਨਵੀਂ ਸਿੱਟ ਬਣਾ ਦਿੱਤੀ। ਬਿਲਕੁਲ, ਹੁਣ ਉਹਨਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਇੱਕ ਗੱਲ ਕਹੀ ਹੈ ਵੀ ਜੇ ਸਿੰਘ ਸਾਹਿਬਾਨ ਸਾਡੀ ਸਿੱਟ ਨੂੰ ਜਾਂ ਜਿਹੜੀ ਮੈਂ ਜਾਂਚ ਕੀਤੀ ਹੈ ਬਿਲਕੁਲ ਉਹਨੂੰ ਸਹੀ ਮੰਨਦੇ ਨੇ, ਉਹਨਾਂ ਨੇ ਸਾਰੀ ਪੂਰੀ ਜਾਣਕਾਰੀ ਦਿੱਤੀ ਹੈ, ਪੂਰੀ ਡਿਟੇਲ ਨਾਲ ਜਾਣਕਾਰੀ ਦਿੱਤੀ ਹੈ, ਮੀਟਿੰਗ ਜਿਹੜੀ ਕਾਫੀ ਲੰਬੀ ਚੱਲੀ ਹੈ, ਤਾਂ ਉਹ ਕਹਿੰਦੇ ਕਿ ਤੁਸੀਂ SGPC ਅਤੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਉਹਦੇ ਆਗੂ ਆਏ ਨੇ ਉਹਨਾਂ ਨੂੰ ਸਵਾਲ ਕਰੋ। ਬਿਲਕੁਲ, ਉਹਦੇ 'ਚ 2-3 ਚੀਜ਼ਾਂ ਨੇ, ਦੇਖੋ ਇੱਕ ਤਾਂ ਰਣਵੀਰ ਸਿੰਘ ਖੱਟੜਾ, ਇੱਕ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਅੰਮ੍ਰਿਤਸਰ ਤੋਂ ਕੁੰਵਰ ਵਿਜੇ ਪ੍ਰਤਾਪ, ਉਹ ਵੀ ਬੜੇ ਵਿਭਾਗ ਸਿੱਟ ਦੇ ਮੁਖੀ ਰਹੇ ਨੇ, ਬਿਲਕੁਲ, ਉਹ ਵੀ ਵਿਭਾਗ ਹੋ ਕੇ ਲਗਾਤਾਰ ਵਿਭਾਗ ਹੋ ਕੇ ਬੋਲਦੇ ਨੇ, ਹੁਣ ਦੋਨੋਂ ਸਿੱਟ ਦੇ ਮੁਖੀ ਤੇ ਦੋਨੋਂ ਸਵਾਲ ਉਠਾ ਰਹੇ ਨੇ। ਬਿਲਕੁਲ, ਠੀਕ ਹੈ, ਦੇਖੋ ਇਸ ਤੋਂ ਪਹਿਲਾਂ ਇਹ ਜਿਹੜਾ ਮਾਮਲਾ 2015 ਤੋਂ ਸ਼ੁਰੂ ਹੋਇਆ, 2015 ਤੋਂ ਸ਼ੁਰੂ ਹੋ ਕੇ ਜਿਹੜੇ ਇਹ ਜਿਹੜੀ ਆਪਣੀਆਂ ਬੇਅਦਬੀਆਂ ਹੋਈਆਂ ਨੇ ਉਹਦੇ 'ਚ ਸਭ ਤੋਂ ਪਹਿਲਾਂ ਬੇਅਦਬੀ ਜਿਹੜੀ 2015 ਤੋਂ ਹੋਈ ਹੈ, 2018 ਸਿੱਟ ਬਣੀ ਆ, ਸਿੱਟ ਜਿਹੜੀ ਬਣੀ ਆ 3 ਸਾਲ ਬਾਅਦ ਬਣਦੀ ਹੈ। ਹੁਣ ਕੀ ਹੈ ਕਿ ਇਹਦੇ 'ਚ SGPC ਅਤੇ ਸ਼੍ਰੋਮਣੀ ਅਕਾਲੀ ਦਲ ਦੋਨੋਂ ਸਵਾਲਾਂ ਦੇ ਘੇਰੇ 'ਚ ਹੈ, ਦੋਨੋਂ ਸਵਾਲਾਂ ਦੇ ਘੇਰੇ 'ਚ ਹੈ। ਜਿਹੜਾ ਇਹਨਾਂ ਨੇ ਕੱਲ੍ਹ ਕਿਹਾ, ਕੱਲ੍ਹ ਇਹਨਾਂ ਨੇ ਇਹ ਗੱਲ ਕਹੀ ਹੈ ਕਿ 1 ਜੂਨ 2015 ਨੂੰ ਉਹ ਜਿਹੜੀ ਬੁਰਜ ਜਵਾਹਰ ਸਿੰਘ ਵਾਲਾ ਉੱਥੇ ਗੁਰਦੁਆਰਾ ਸਾਹਿਬ 'ਚੋਂ ਬੀੜ ਸਾਹਿਬ ਚੋਰੀ ਹੁੰਦੀ ਹੈ, ਉਸ ਤੋਂ ਬਾਅਦ ਫਿਰ 25 ਸਤੰਬਰ 2015 ਉਸੇ ਸਾਲ ਫਿਰ ਉੱਥੇ ਗੋਲੀ ਚੱਲਦੀ, ਉਸੇ ਸਾਲ ਉਸ ਤੋਂ ਬਾਅਦ ਜਿਹੜੀ ਇੱਕ ਸਿੱਖਾਂ ਨੂੰ ਚੁਣੌਤੀ ਦੇਣ ਵਾਲੇ ਪੋਸਟਰ ਲੱਗਦੇ ਆ ਗਲੀਆਂ 'ਚ, ਉਹ ਗਲੀਆਂ ਦੇ ਵਿੱਚ ਪੋਸਟਰ ਲੱਗਦੇ ਨੇ, ਉਹਦੇ 'ਚ ਕੀ ਹੈ
ਕਿ ਕਈਆਂ 'ਚ ਇਹ ਲਿਖਿਆ ਹੁੰਦਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਅਸੀਂ ਚੁੱਕੀ ਹੈ ਜਾਂ ਪੰਨੇ ਅਸੀਂ ਫਾੜੇ ਨੇ, ਬੇਅਦਬੀਆਂ ਅਸੀਂ ਕੀਤੀਆਂ ਨੇ, ਜੋ ਕਰਨਾ ਕਰ ਲਓ। ਜਾਨੀ ਕਿ ਡੇਰਾ ਉਹ ਮਾਮਲਾ ਵੀ ਡੇਰਾ ਮੁਖੀ ਦੇ ਨਾਲ ਜੁੜਿਆ ਹੋਇਆ ਹੈ। ਇਹਦੇ ਵਿੱਚ ਕੀ ਹੈ ਕਿ ਸਾਰੇ ਮਾਮਲੇ ਦੇ ਵਿੱਚ ਡੇਰਾ ਮੁਖੀ ਜਾਂ ਆਪਾਂ ਲਾ ਲਓ ਵੀ ਡੇਰਾ ਪ੍ਰੇਮੀ ਕਹੀ ਹੈ, ਉਹ ਇਨਵੋਲਵ ਕੀਤੇ ਨੇ, ਉਹਨਾਂ ਨਾਮਜ਼ਦ ਕੀਤਾ ਗਿਆ। ਹੁਣ ਉਹਦੇ 'ਚ ਕੀ ਹੈ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਕੇਸ ਦੇ ਉੱਪਰ ਕਿ ਰੋਕ ਲਗਾਈ, ਰੋਕ ਲਗਾਉਣ ਤੋਂ ਬਾਅਦ ਸਰਕਾਰਾਂ ਨੇ ਉਹਨੂੰ ਨਾ ਤਾਂ ਹਾਈ ਕੋਰਟ ਦੇ ਡਬਲ ਬੈਂਚ 'ਤੇ ਚੁਣੌਤੀ ਦਿੱਤੀ ਅਤੇ ਨਾ ਉਹਨੂੰ ਸੁਪਰੀਮ ਕੋਰਟ ਚੁਣੌਤੀ ਦਿੱਤੀ। ਉਸ ਤੋਂ ਬਾਅਦ ਉਹ ਕਹਿੰਦੇ ਵੀ ਜਿਹੜੇ ਬੀੜ ਚੋਰੀ ਮਾਮਲੇ ਦੇ ਜਿਹੜੇ ਮੁੱਖ ਮੁਲਜ਼ਮ ਹੈ, ਜਿਹੜਾ ਮੁੱਖ ਮੁਲਜ਼ਮ ਹੈ ਉਸ ਕੇਸ ਦੇ ਵਿੱਚ, ਉਹ ਕਹਿੰਦੇ ਸ਼ਿਕਾਇਤਕਰਤਾ ਐਸ ਜੀ ਪੀ ਸੀ ਦਾ ਮੁਲਾਜ਼ਮ ਸੀ ਉਸ ਕੇਸ 'ਚ, ਕਿਉਂਕਿ ਜਦੋਂ ਬੀੜ ਸਾਹਿਬ ਚੋਰੀ ਹੁੰਦੇ ਆ ਤਾਂ ਉੱਥੇ ਐਸ ਜੀ ਪੀ ਸੀ ਦਾ ਮੁਲਾਜ਼ਮ ਸੀ ਉਹ ਜਿਹਨੇ ਸ਼ਿਕਾਇਤ ਕੀਤੀ ਸੀ। ਬਿਲਕੁਲ। ਤਾਂ ਉਸ ਮਾਮਲੇ ਦੇ ਵਿੱਚ ਵੀ ਕਹਿੰਦੇ ਕੋਈ ਐਸ ਜੀ ਪੀ ਸੀ ਨੇ ਕੋਈ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ ਅਤੇ ਜਾਣੀ ਕਿ ਜੇ ਸ਼ਿਕਾਇਤ ਉਹਨਾਂ ਨੇ ਕੀਤੀ ਹੋਵੇ ਤਾਂ ਬਿਲਕੁਲ ਜਿਹੜਾ ਆਪਣਾ ਪੱਖ ਰੱਖਣਾ ਚਾਹੀਦਾ ਸੀ ਉੱਥੇ। ਹਾਂ, ਫਿਰ ਖਟੜਾ ਨੇ ਇੱਕ ਇਹ ਵੀ ਕਿਹਾ ਕਿ ਗੁਰੂ ਸਰਭਗਤਾ ਜਿਹੜਾ ਕੇਸ ਹੈ ਉਹ ਵੀ ਬੇਅਦਬੀ ਦਾ ਕੇਸ ਹੈ, ਗੁਰੂ ਸਰਭਗਤਾ ਕੇਸ ਆ ਜਿਹੜਾ ਉਹਦੇ 'ਚ ਕਹਿੰਦਾ ਕੋਈ ਸਟੇਅ ਹੈ ਨੀਗੀ। ਬਿਲਕੁਲ। ਪਰ ਕਹਿੰਦਾ 2020 ਤੋਂ ਬਾਅਦ ਅਤੇ ਉਹ ਕੇਸ ਅੱਗੇ ਫਿਰ ਨਹੀਂ ਵਧਿਆ। ਬਿਲਕੁਲ। ਉਹ ਵੀ ਉੱਥੇ ਰੁਕਿਆ ਪਿਆ। ਫਿਰ ਉਸ ਤੋਂ ਬਾਅਦ ਕਹਿੰਦਾ ਵੀ ਜਿਹੜੀ ਇੱਕ 2019 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਬੇਅਦਬੀ ਕੇਸਾਂ ਦੀ CBI ਤੋਂ ਇੱਕ ਜਾਂਚ ਵਾਪਸ ਲੈਣ ਲਈ ਕੇਸ ਸੀਗਾ ਅਤੇ ਉਹ ਉਸ ਤੋਂ ਬਾਅਦ ਇੱਕ ਕਲੋਜ਼ ਰਿਪੋਰਟ ਦਾਖਲ ਕਰ ਦਿੰਦੀ ਹੈ CBI। ਉੱਥੇ ਵੀ ਕਹਿੰਦੇ SGPC ਨੇ ਜਾ ਕੇ ਕਹਿਤਾ, ਉਹਦੇ ਜਿਹੜੇ ਵਕੀਲ ਨੇ ਹਲਫ਼ਨਾਮਾ ਦਾਇਰ ਕਰਤਾ ਵੀ ਇਹ ਕੇਸ CBI ਤੋਂ ਵਾਪਸ ਨਹੀਂ ਆਉਣਾ ਚਾਹੀਦਾ, SGPC ਕੋਲ ਜਿਹੜੇ CBI ਕੋਲ ਰਹਿਣਾ ਚਾਹੀਦਾ। ਉਹ ਕਹਿੰਦੇ ਕਈ ਮਾਮਲੇ ਹੈਗੇ ਨੇ, ਉਹਨਾਂ ਨੇ ਕਈ ਮਾਮਲਿਆਂ ਦਾ ਹਵਾਲਾ ਦਿੱਤਾ ਵੀ ਅਜਿਹੇ ਕਈ ਜਿਹੜੀਆਂ ਸਮੇਂ 'ਤੇ ਜਿਹੜੀਆਂ ਚੁਣੌਤੀਆਂ ਆਈਆਂ ਜਿਨ੍ਹਾਂ ਕਰਕੇ ਇਹਨਾਂ ਬੇਅਦਬੀ ਦੇ ਕੇਸਾਂ ਨੂੰ ਢਾਹ ਲੱਗੀ ਆ, ਬੇਅਦਬੀ ਦੇ ਕੇਸਾਂ ਨੂੰ ਜਿਹੜੇ ਹੈਗੇ ਆ ਚੁਣੌਤੀ ਮਿਲੀ ਆ। ਜਾਣੀ ਕਿ ਆਪਾਂ ਰਮਾਣਾ ਹੀ ਸਿੱਧੇ ਤੌਰ 'ਤੇ ਕੀ ਹੈ, ਜਿਹੜੀ ਉਹਨਾਂ ਦੀ ਪੁਲਿਸ ਅਧਿਕ ਸਾਬਕਾ ਪੁਲਿਸ ਅਧਿਕਾਰੀ ਸਾਹਿਬਾਨ ਨੇ ਤਾਂ ਜਿਹੜੀ ਮੁਲਾਕਾਤ ਜਥੇਦਾਰ ਸਾਹਿਬ ਦੇ ਨਾਲ ਹੋਈ ਹੈ, ਤਾਂ ਜਾਣੀ ਕਿ ਸਾਰੀਆਂ ਇਹ ਗੱਲਾਂ ਜਿਹੜੀਆਂ ਉਹਨਾਂ ਨੇ ਜਥੇਦਾਰ ਸਾਹਿਬ ਨੇ ਉਹਨਾਂ ਤੋਂ ਪੁੱਛੀਆਂ ਨੇ, ਤਾਂ ਜਿਹੜਾ ਉਹਨਾਂ ਨੇ ਜਿਹੜੀ 1.5-2 ਘੰਟੇ ਮੁਲਾਕਾਤ ਹੋਈ ਹੈ ਉਹ ਵਿਚਾਰੀ ਗਈ ਹੈ। ਦੇਖੋ, ਇਹਨੂੰ ਰਾਜਨੀਤਿਕ ਤੌਰ 'ਤੇ ਵੀ ਵੇਖਿਆ ਜਾ ਰਿਹਾ, ਰਾਜਨੀਤਿਕ ਤੌਰ 'ਤੇ ਉਹਨੂੰ ਇਸ ਕਰਕੇ ਵੇਖਿਆ ਜਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲਦੀ ਇੱਕ ਪੇਸ਼ ਹੋ ਕੇ ਆਪਣਾ ਜਿਹੜਾ ਜਵਾਬ ਦਾਇਰ ਕਰਨ ਜਾ ਰਹੇ ਆ। ਠੀਕ ਹੈ, ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਕਰ ਰਹੇ ਹਾਂ। ਬਿਲਕੁਲ। ਠੀਕ ਹੈ, ਹੁਣ ਉਸ ਤੋਂ ਪਹਿਲਾਂ ਜਿਹੜੀ ਇਹ ਮੁਲਾਕਾਤ ਹੈ ਅਹਿਮ ਮੰਨੀ ਜਾ ਰਹੀ ਹੈ। ਹੁਣ ਉਹਦੇ 'ਚ ਕੀ ਹੈ ਕਿ ਕਈ ਗੱਲਾਂ ਜਦੋਂ ਮੰਨ ਲਓ ਵੀ ਜਿਹੜੀਆਂ ਗੱਲਾਂ ਇਹਨਾਂ ਨੇ ਜਾ ਕੇ ਦੱਸਤੀਆਂ ਬੇਅਦਬੀ ਕੇਸਾਂ ਨੂੰ ਲੈ ਕੇ, ਕਿਉਂਕਿ ਦੇਖੋ ਬੇਅਦਬੀ ਦੇ ਜਿਹੜੇ ਸਾਰੇ ਕੇਸਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਢਾਹ ਲੱਗੀ। ਆਪਾਂ ਪਹਿਲਾਂ ਕਈ ਵਾਰ ਇਸ 'ਤੇ ਗੱਲਬਾਤ ਕਰ ਚੁੱਕੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਉਦੋਂ ਤੋਂ ਹੀ ਗ੍ਰਾਫ ਜਿਹੜਾ ਨੀਚੇ ਗਿਰ ਰਿਹਾ ਜਦੋਂ ਬੇਅਦਬੀ ਦੇ ਕੇਸ ਆਏ ਆ। ਰੁਪਾਣਾ ਜੀ, ਕੁੰਵਰ ਵਿਜੇ ਪ੍ਰਤਾਪ ਦੀ ਤੁਸੀਂ ਵੀ ਗੱਲ ਕੀਤੀ ਹੈ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਜਦੋਂ ਇਲੈਕਸ਼ਨ ਲੜੇ ਸੀ ਤਾਂ ਉਹਨਾਂ ਨੇ ਦਾਅਵਾ ਕੀਤਾ ਸੀ ਜਿਹੜਾ ਬੇਅਦਬੀ ਦੇ ਇਸ਼ੂ ਨੇ ਉਹ ਜਲਦੀ ਮੈਂ ਹੱਲ ਕਰਵਾਉਂਗਾ, ਕਿਉਂਕਿ ਉਸ ਟਾਈਮ ਸਿੱਟ ਦੇ ਜਿਹੜੇ ਨੰਬਰ ਦੇਖੋ ਪਰ ਅਜੇ ਤੱਕ ਜਿਹੜਾ ਇਨਸਾਫ਼ ਨਹੀਂ ਮਿਲਿਆ ਉਹ ਅਜੇ ਤੱਕ ਜਿਹੜਾ ਪੋਸਟਾਂ ਪਾ ਰਹੇ ਨੇ। ਉਸ ਟਾਈਮ ਆਮ ਆਦਮੀ ਪਾਰਟੀ ਨੇ ਵੀ ਕਿਹਾ ਸੀ ਕਿ ਇਹਦਾ ਇਨਸਾਫ਼ ਜਿਹੜਾ ਜਲਦੀ ਮਿਲੂਗਾ। ਉਸ ਤੋਂ ਬਾਅਦ ਇਸ ਤੋਂ ਪਹਿਲਾਂ ਜਿਹੜੀ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਬੇਅਦਬੀ ਮਾਮਲੇ ਦਾ ਇਨਸਾਫ਼ ਆ ਜਿਹੜਾ ਜਲਦੀ ਮਿਲੂਗਾ, ਨਾ ਕਾਂਗਰਸ ਪਾਰਟੀ 'ਚ ਮਿਲਿਆ ਨਾ ਹੁਣ ਅੱਜ ਤੱਕ 2.5 ਸਾਲ ਮਿਲਿਆ ਹੁਣ ਮਿਲਿਆ, ਇਸੇ ਕਰਕੇ ਸਿੱਟਾ ਬਹੁਤ ਬਣ ਗਿਆ। ਇਸੇ ਕਰਕੇ ਕੁੰਵਰ ਵਿਜੇ ਪ੍ਰਤਾਪ ਵਾਰ ਵਾਰ ਇਸ 'ਤੇ ਸਵਾਲ ਉਠਾ ਰਹੇ ਨੇ, ਆਪਣੇ ਪੇਜ 'ਤੇ ਜਿਹੜੀਆਂ ਪੋਸਟਾਂ ਨੇ ਉਹ ਪਾ ਰਹੇ ਨੇ। ਪਰ ਗੱਲ ਤਾਂ ਹੁਣ ਇਹ ਹੈ ਕਿ ਜਿਹੜੀ ਇਹ ਮੁਲਾਕਾਤ ਹੈ ਇਹ ਮੁਲਾਕਾਤ ਅਹਿਮ ਇਸ ਕਰਕੇ ਹੈ ਕਿ ਜਲਦੀ ਸੁਖਬੀਰ ਬਾਦਲ ਜਦੋਂ ਉਹਦੇ 'ਤੇ ਆਪਣਾ ਹਲਫ਼ਨਾਮਾ ਜਿਹੜਾ ਆਪਣਾ ਜਵਾਬ ਦਾਇਰ ਕਰਨਗੇ ਤਾਂ ਉਸ ਤੋਂ ਪਹਿਲਾਂ ਸਾਰੀ ਜਾਣਕਾਰੀ ਜਿਹੜੀ ਹੈ ਉਹ ਸਿੰਘ ਸਾਹਿਬਾਨ ਨੂੰ ਹੋਣੀ ਜ਼ਰੂਰੀ ਹੈ ਕਿ ਕਿਹੜੀ ਉੱਥੋਂ ਕਿੱਥੇ ਕਿਸ ਦਾ ਕਸੂਰ ਆ, ਕਿੱਥੇ ਕਿਹਦਾ ਕਸੂਰ ਆ। ਅਤੇ ਹੁਣ ਜੇ ਆਪਾਂ ਇਹਨਾਂ ਦੀ ਰਣਵੀਰ ਸਿੰਘ ਖੱਟੜਾ ਦੀ ਮੁਲਾਕਾਤ ਦੇ ਜਿਹੜੇ ਮੈਨੇਜਰ ਜਿਹੜੇ ਉਹ ਇਹਨਾਂ ਨੇ ਦੱਸਿਆ ਜੇ ਆਪਾਂ ਹੁਣ ਇਹਨਾਂ ਗੱਲਬਾਤ ਕੀਤੀ ਹੈ ਜਿਹੜੇ ਇਹਨੇ ਸਾਰਾ ਕੁਝ ਕਿਹਾ ਤਾਂ ਉਹਦੇ ਵਿੱਚ ਤਾਂ
ਅੱਧ ਤੋਂ ਜ਼ਿਆਦਾ ਜਿਹੜਾ ਕਸੂਰ ਹੈ ਉਹ ਐਸ ਜੀ ਪੀ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਨਿਕਲ ਜਾ ਰਿਹਾ, ਐਸ ਜੀ ਪੀ ਸੀ ਦਾ ਨਿਕਲ ਰਿਹਾ। ਹੁਣ ਐਸ ਜੀ ਪੀ ਸੀ ਉਹਨਾਂ ਨੇ ਕਿਹਾ ਵੀ ਕਈ ਥਾਵਾਂ 'ਤੇ ਉਦੋਂ ਸਰਕਾਰ ਨੇ ਆਪਣਾ ਜੋ ਹੁਣ ਕੇਸ ਦਾਇਰ ਨਹੀਂ ਕੀਤੇ, ਕਈ ਥਾਵਾਂ 'ਤੇ ਐਸ ਜੀ ਪੀ ਸੀ ਨੇ ਉਹਦੇ ਜਿਹੜੀਆਂ ਹੈਗੀਆਂ ਪਟੀਸ਼ਨਾਂ ਦਾਇਰ ਨਹੀਂ ਕੀਤੀਆਂ, ਮੌਜੂਦਾ ਸਰਕਾਰ ਸੀ ਉਸ ਟਾਈਮ ਅਕਾਲੀ ਦਲ ਦੀ ਵੀ ਜਦੋਂ ਬੇਅਦਬੀਆਂ ਹੋਈਆਂ 15 ਦੇ ਵਿੱਚ। ਤਾਂ ਇਸ ਕਰਕੇ ਜਿਹੜੀ ਇਹ ਸਾਰੀ ਮੁਲਾਕਾਤ ਹੈ, ਮੁਲਾਕਾਤ ਦੇ ਬਿਆਨੇ ਬਹੁਤ ਅਹਿਮ ਨਿਕਲ ਰਹੇ ਨੇ, ਬਹੁਤ ਡੂੰਘਾਈ ਨਾਲ ਸੋਚਣ ਦੀ ਗੱਲ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਤਲਬੀ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਹੈਗਾ ਉੱਥੇ ਪੇਸ਼ ਹੋਣਾ, ਪੇਸ਼ ਹੋ ਕੇ ਉਹ ਸਾਰੀ ਗੱਲ ਜਿਹੜੀ ਦੱਸਣੀ ਹੈਗੀ ਹੈ। ਉਸ ਤੋਂ ਬਾਅਦ ਇਹ ਹੈ ਵੀ ਹੁਣ ਅੱਗੇ ਕੇਸ ਵੀ ਚੱਲ ਰਹੇ ਆ, ਫਰੀਦਕੋਟ ਵੀ ਪੇਸ਼ੀ ਸੀਗੀ, ਉਸ ਤੋਂ ਬਾਅਦ ਜਲਦੀ ਅਗਲੀ ਜਿਹੜੀ ਪੇਸ਼ੀ ਹੋਣ ਜਾ ਰਹੀ ਹੈ। ਤੋ ਇਸਦੇ ਵਿੱਚ ਕਈ ਕੇਸਾਂ ਦੀ ਜਿਹੜੀ ਹੈਗੀ ਸੁਣਵਾਈ ਪੂਰੀ ਹੋਈ, ਕਈਆਂ ਦੇ ਵਿੱਚ ਸਜ਼ਾ ਹੋਈ, ਸਮਾਂ ਬਹੁਤ ਲੱਗ ਗਿਆ। ਆਪਾਂ ਕਹੀਏ ਵੀ ਜਾਂਚ ਨੂੰ ਜਿਹੜਾ ਕੋਰਟ ਨੇ ਸਮਾਂ ਬਹੁਤ ਲੱਗ ਗਿਆ, ਪਰ ਇਨਸਾਫ਼ ਜਿਹੜਾ ਅਜੇ ਤੱਕ ਜਿਹੜਾ ਨਹੀਂ ਮਿਲਿਆ ਕਿਤੇ ਨਾ ਕਿਤੇ। ਹਾਂ ਬਿਲਕੁਲ, ਇਹ ਗੱਲ ਇਹੀ ਹੈ ਕਿ ਇਨਸਾਫ਼ ਦੀ ਜ਼ਰੂਰਤ ਹੈ, ਪਰ ਇਨਸਾਫ਼ ਜਿਹੜਾ ਅਜੇ ਤੱਕ ਉਹ ਨਹੀਂ ਮਿਲਿਆ। ਠੀਕ ਹੈ ਰਪਾਣਾ ਜੀ, ਬਹੁਤ ਬਹੁਤ ਧੰਨਵਾਦ। ਸੋ ਬਿਲਕੁਲ ਹੁਣ ਦੇਖਣਾ ਹੋਵੇਗਾ ਕਿ ਜਿਹੜਾ ਇਹ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਹੋਈ ਹੈ ਸਾਬਕਾ ਪੁਲਿਸ ਅਧਿਕਾਰੀ ਸਾਹਿਬਾਨ ਦੀ, ਕੀ ਹੁਣ ਇਸ ਤੋਂ ਬਾਅਦ ਕਿ ਕੋਰਟਾਂ ਦੇ ਵਿੱਚ ਇਸ ਨੂੰ ਲਿਆ ਕੇ ਜਾਂਦਾ ਜਾਏਗਾ ਜਾਂ ਫਿਰ ਸਿੱਖ ਸੰਗਤ ਕੋਈ ਇਨਸਾਫ਼ ਮਿਲੇਗਾ, ਕਿਉਂਕਿ ਸਿੱਖ ਸੰਗਤ ਜਿਹੜੀ ਹੈ ਲੰਬੇ ਸਮੇਂ ਤੋਂ ਮੰਗ ਕਰ ਰਹੀ ਹੈ ਕਿ ਜਿਹੜੇ ਬੇਅਦਬੀ ਦੇ ਇਸ਼ੂ ਨੇ ਜਾਂ ਬੇਅਦਬੀ ਦੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲੇ। ਉਮੀਦ ਕਰਦੇ ਹਾਂ ਕਿ ਜਲਦ ਜਿਹੜੇ ਬੇਅਦਬੀ ਦੇ ਜਿਹੜੇ ਇਸ਼ੂ ਨੇ ਉਹ ਹੱਲ ਹੋਣਗੇ, ਜਿਹੜੇ ਦੋਸ਼ੀ ਨੇ ਉਹ ਲਗਾਤਾਰ ਫੜੇ ਜਾਣਗੇ। ਮੈਨੂੰ ਅਤੇ ਮੇਰੇ ਸਹਿਯੋਗੀ ਨੂੰ ਦਿਓ ਇਜਾਜ਼ਤ, ਧੰਨਵਾਦ।